ਜਨਤਾ ਦੀ ਆਵਾਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਿੰਦਰ ਸਿੰਘ ਨਿਰਾਲਾ। ਇਸ ਟਾਈਮ ਅਸੀਂ ਪਹੁੰਚੇ ਹਾਂ ਸ਼ੰਭੂ ਬਾਰਡਰ। ਕਿਸਾਨ ਅਕਾਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਵਾ। ਜਿਹੜੀ ਪਾਲਿਸੀ ਉਹ ਲੈ ਕੇ ਆਏ ਸੀ ਵੀ ਵੱਡੇ ਫਾਰਮਾਂ ਦੀ ਪਾਲਿਸੀ ਤੇ ਹਰੇਕ ਕਿਸਾਨ ਦੇ ਪੈਸੇ ਸਿੱਧੇ ਜਿਹੜੇ ਲੱਗੇ ਆ ਉਹ 20 ਲੱਖ ਦੇ ਕਰ ਲਏ। ਸ਼ੰਭੂ ਬਾਰਡਰ ਹੈ ਇਹ, ਜਿੱਥੇ ਪੰਥ ਦੀ ਗੱਲ ਕਰਨ ਵਾਲਿਆਂ ਦੀਆਂ ਤਸਵੀਰਾਂ ਲੱਗੀਆਂ ਨੇ। ਸੰਤ ਭਿੰਡਰਾਂ ਵਾਲੇ ਭਾਈ ਅਮਰਪਾਲ ਸਿੰਘ ਤੇ ਸ਼ਹੀਦ ਦੀਪ ਸਿੱਧੂ ਇਹ ਦੂਸਰੀ ਰੋਡ ਤੇ ਰੋਕਾਂ ਲਾਈਆਂ ਨੇ ਜਿਹੜੀ ਅੰਬਾਲੇ ਤੋਂ ਇੱਧਰ ਨੂੰ ਆ ਰਹੀ ਹੈ। ਦੋਨੇ ਸੜਕਾਂ ਬਲੌਕ ਕੀਤੀਆਂ ਹੋਈਆਂ ਨੇ ਪ੍ਰਸ਼ਾਸਨ ਨੇ। ਨਿਸ਼ਾਨ ਸਾਹਿਬ ਝੂਲ ਰਹੇ ਨੇ ਬਾਰਡਰ ਦੇ ਉੱਤੇ, ਝੂਲਦੇ ਝੂਲਦੇ ਦਿੱਲੀ ਨੂੰ ਜਾਣਗੇ ਇਹ ਨਿਸ਼ਾਨ ਸਾਹਿਬ। ਤੁਹਾਨੂੰ ਦਿਖਾਉਣੇ ਆ ਇੱਕ ਘੱਗਰ ਦਰਿਆ ਹੈ, ਘੱਗਰ ਦੇ ਦਰਿਆ ਤੇ ਵੀ ਪੂਰੀ ਫੋਰਸ ਲਾਈ ਹੋਈ ਹੈ ਇਹਨਾਂ ਨੇ ਤਾਂ ਕਿ ਦਰਿਆ ਦੇ ਵਿੱਚ ਦੀ ਕਿਸਾਨ ਨਾ ਲੰਘ ਸਕਣ। ਤੁਸੀਂ ਦੇਖ ਸਕਦੇ ਹੋ, ਦੇਖੋ ਕਿੰਨੀ ਫੋਰਸ ਬੈਠੀ ਆ। ਕੀ ਖਤਰਾ ਕਿਸਾਨਾਂ ਤੋਂ ਦਿੱਲੀ ਜਾਣ ਦਾ ਸਰਕਾਰਾਂ ਨੂੰ? ਇੰਨਾ ਖਤਰਾ ਕਿਉਂ ਹੈ? ਇੰਨਾ ਪ੍ਰਸ਼ਾਸਨ ਕਿਉਂ ਇੰਨਾ ਖਰਚ ਕਰ ਰਹੀ ਹੈ ਸਰਕਾਰ? ਇਹ ਸਾਹਮਣੇ ਸਟੇਜ ਲੱਗੀ ਹੈ ਤੁਹਾਨੂੰ ਲੈ ਕੇ ਚੱਲਦੇ ਆ ਸਟੇਜ ਤੇ। ਦੇਖ ਰਹੇ
ਕੱਪੜਾ ਤੇ ਚੱਲ ਹੈਗਾ ਸਿਲਕ ਦਾ, ਦੂਜਾ ਉਹਦੇ ਸੋਨੇ ਦੀਆਂ ਡੰਡੀਆਂ ਲੱਗ। ਯਾਨੀ ਤੁਹਾਡਾ ਸਮਾਜ ਹਮੇਸ਼ਾ ਆਪਣੇ ਆਦਰਸ਼ਾਂ ਦੀ ਨਜ਼ਰ ਰੱਖਦਾ, ਜਿਹੜੇ ਤੁਹਾਡੇ ਸਮਾਜ ਦੇ ਅੰਦਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਸੀਂ ਸ਼ਰਾਬ ਕੱਢਦੇ ਫੜਦੇ ਆ ਬਾਈ, ਇਹ ਨਿਗਾਰ ਇੱਕ ਪਾਸੜ ਨੀ ਹੈਗਾ, ਚੋ ਸਿਵਲ ਸੁਸਾਇਟੀ ਫੇਲ, ਇਹ ਕਿਸਾਨਾਂ ਨੂੰ ਸਿੱਧੀ ਦੋਸ਼ ਦੇਣਾ ਇਹ ਵਾਜਬ ਨੀ ਹੈ। ਜਿਹੜੇ ਮੁਲਕਾਂ ਦੀ ਇਹ ਗੱਲ ਕਰਦੇ ਸੀ ਕਹਿੰਦੇ ਵੀ ਉੱਥੇ ਤਾਂ ਵਾਈਸ ਚਾਂਸਲਰ ਵੀ ਸਾਈਕਲ ਤੇ ਜਾਣ ਡਿਆ, ਤੁਹਾਡਾ ਵਾਈਸ ਚਾਂਸਲਰ ਸਾਈਕਲ ਤੇ ਜਾਂਦਾ, ਉੱਥੇ ਦਾ ਮਿਨਿਸਟਰ ਆਮ ਜਨਤਾ ਚ ਫਿਰਦਾ, ਤੁਹਾਡੇ ਵਾਲੇ ਮਗਰ ਵੀ 35 ਗੱਡੀਆਂ, ਅਗਲੇ ਵੀ 35 ਗੱਡੀਆਂ, ਇਹ ਤੁਰੇ ਬੰਦੇ ਫਿਰ ਤੁਹਾਡੀ ਕੀ ਆਦਰਸ਼ ਦਿੰਦੇ ਨੇ। ਮਾਫ਼ ਕਰਨਾ, ਅੱਜ ਗੁਰੂ ਗ੍ਰੰਥ ਸਾਹਿਬ ਤੇ ਸਾਡਾ ਦਰਸ਼ ਨਹੀਂ ਰਿਹਾ, ਅਜੋਕੇ ਦਰਸ਼ ਨੇ ਜਿਹੜੇ ਮੁੰਡੇ ਹੈਗੇ ਨਾ 22-23 ਸਾਲੇ, ਉਹਨਾਂ ਦਾ ਦਰਸ਼ ਹੈਗਾ ਫਿਲਮੀ ਸਟਾਰ, ਉਹ ਕਹਿੰਦੇ ਨੇ ਮੇਰੇ ਜੀਨ ਕਿਹੜੀ ਪਾਈ ਆ, ਉਹ ਕਹਿੰਦਾ ਉਹੀ ਪਾਉ, ਇਹਨੇ ਕੱਪੜਾ ਕਿਹੜਾ ਪਾਇਆ, ਜਿੱਧਰ ਸਾਨੂੰ ਲੈ ਗਏ। ਸੋ ਸਾਡਾ ਅਜਾੜਾ ਇਸ ਬੰਦਿਆਂ ਨੇ, ਮੈਂ ਤੁਹਾਨੂੰ ਕਹਿੰਦਾ 90 ਤੋਂ ਬਾਅਦ ਜਿਹੜੇ ਪੈਲਸ ਆਏ ਆ, ਪੈਲਸਾਂ ਨੂੰ ਸਬਸਿਡੀ ਦਿੱਤੀ ਆ ਪੰਜਾਬ ਦੇ ਕੇਂਦਰ ਸਰਕਾਰ ਨੇ ਕਢਾ ਕੇ, ਉਧਰ ਕਹਿ ਦੇ ਦੋ ਵੀ ਪਿੰਡ ਦੇ ਵਿੱਚ ਪਈ 4 ਕਿੱਲੇ ਥਾਂ ਛੱਡੀ ਆ, ਇਹਨੂੰ ਛੱਤ ਲਓ ਅਸੀਂ ਸਬਸਿਡੀ ਦੇਣੀ, ਇੱਥੇ ਮਰਨੇ ਦੇ ਵਿਆਹ ਕੱਠੇ, ਇਹ ਬਾਈ ਦੂਰ ਬੜਾ ਲੈ ਗਏ ਸਾਨੂੰ, ਘੱਟ ਇਹ ਬੰਦਾ ਹੋਣਾ ਅੱਠ, ਇਹਨਾਂ ਦੋਵਾਂ ਨੂੰ ਰਲ ਕੱਢ ਨਹੀਂ ਆਪਾਂ ਕਰ ਸਕਦੇ, ਬਹੁਤ ਵਾਰੀ ਰਲ ਕੱਢ ਦਿੱਤਾ, ਤੋ ਅੱਠ ਅੱਠ ਦੇਖੋ ਇਹਨਾਂ ਨੂੰ। ਤੋ ਇਸ ਕਰਕੇ ਬਈ ਜਿਹੜੀ ਜਿਹੜੀਆਂ ਮੰਗਾਂ ਤੇ ਅਸੀਂ ਲੜ ਰਹੇ ਹਾਂ, ਅਸੀਂ ਕਿਉਂ ਮਜ਼ਦੂਰਾਂ ਦੀ ਮੰਗ ਪਾਈ ਵਿੱਚ, ਇਹ ਕਿਸਾਨੀ ਦੀ ਵੀ ਸਿਰਦਰਦੀ ਹੈ। ਤੁਸੀਂ ਪਿੰਡਾਂ 'ਚ ਆਂਕੜੇ ਇਕੱਠੇ ਕਰ ਲਓ, ਤੁਹਾਡੇ ਪਿੰਡਾਂ 'ਚ 12-15% ਕਿਸਾਨ ਬੇਜ਼ਮੀਨ